मैं रिपोर्टर स्नेहा धीर, सांझा पंजाब टीवी, अमृत। ਝਗੜਾ ਐਡੇ ਰੋੜਾ ਚੱਲਿਆ ਉਹਦੇ ਸੰਬੰਧੀ ਕੋਈ ਰਹੀ ਸ਼ਿਕਾਇਤ? ਹਾਂਜੀ, ਉਹ ਰਾਤੀ ਗਏ ਆ ਮੌਕੇ 'ਤੇ, ਮੌਕਾ ਵੇਖਿਆ ਦੋਵਾਂ ਚਲੋ ਹਟਾਰ ਦਾ ਬਚਾਅ ਹੋ ਗਿਆ, ਨਹੀਂ ਲੱਗੀ ਕਿਸੇ ਅਤੇ ਦੋਵਾਂ ਧਿਰਾਂ ਨੂੰ ਦਰਖਾਸਤਾਂ ਲਿਖ ਲਈਆਂ ਵਾ ਅਤੇ ਜੋ ਬਣਦੀ ਹੈ ਕਾਰਵਾਈ ਕਰ ਦਾਂਗੇ, ਪੜਤਾਲ ਕਰ ਰਹੇ ਹਾਂ। ਦਿਮਾਗ ਬਹੁਤ ਨੇੜੇ ਹੁੰਦਾ, ਉਹ ਟੈਸਟ ਕਰਕੇ ਲੱਗਦਾ ਕਿ ਦਿਮਾਗ 'ਤੇ ਉਹਦਾ ਜ਼ਹਿਰ ਨਾ ਪਹੁੰਚੇ, ਉਹ ਲਾਉਣੇ ਜ਼ਰੂਰੀ ਹੁੰਦੇ ਨੇ, ਜੋ ਉਹਨਾਂ ਦੇ ਸਭ ਤੋਂ ਪਹਿਲੇ ਅਸਰ ਕਰਦਾ ਦਿਮਾਗ। ਦਸ ਹਜ਼ਾਰ ਰੁਪਇਆ ਅੱਜ ਵੀ ਸੁਨਿਆਰੇ ਕੋਲ ਤੁਹਾਨੂੰ ਦੱਸ ਦੇਣ, ਉੱਥੇ 15,000 ਰਾਤ ਪੜਿਆ ਅਸੀਂ ਜਾ ਕੇ, ਅਸੀਂ ਵੀ ਮੁੰਡੇ ਦਾ ਆ ਵੀਰ ਜੀ ਦਰਖਾਸ਼ਾਂ ਦਿੱਤੀਆਂ ਜੋ ਕਾਹਦੀਆਂ? ਇਹ ਭਾਜੀ ਸਾਡੇ ਘਰ ਦੇ ਜੀਆਂ ਤੰਗ ਕਰਦੇ ਸੀ, ਮੈਨੂੰ ਧਮਕੇ ਦੇ ਮਾਰਦੀਆਂ। ਹਾਂਜੀ, ਰਾਤੀ ਉੱਥੇ ਗੇਮ ਨੇ ਦਿੱਤੀਆਂ ਜੋ ਭਾਜੀ? ਹਾਂਜੀ, ਨਹੀਂ ਭਾਜੀ, ਔਨਲਾਈਨ ਕੀਤੀਆਂ ਜੋ। ਠੀਕ ਹੈ, ਕੌਣ ਮਾਰਦੇ ਰਹੇ? ਚਾਰ ਸਾਲ ਦਾ ਬੱਚਾ ਵਾ, ਪੁੱਛ ਰਿਹਾ 4 ਸਾਲ ਦਾ। ਇਹ ਗੁਆਂਢੀਆਂ ਨੇ ਇਹ ਕੁੱਤਾ ਰੱਖਿਆ, ਫਿੱਟ ਬਾਲ ਰੱਖਿਆ ਵਾ। ਇਹ ਗਾੜੀ ਗੇਟ ਦੇ ਘਰ ਦੇ ਗਾੜੀ ਗੇਟ ਦੇ ਗਾੜੀ ਬੱਚਾ ਖੇਡ ਰਿਹਾ। ਇਹ ਕੁੱਤਾ ਕੁੱਤੀ ਜਿਹੜੀ ਰੱਖੀ ਆ, ਇਹ ਫੁੱਟਬਾਲ ਇਹ ਬੱਚੇ ਨੂੰ ਆਣ ਕੇ ਲਈ ਫਿਰਦੀ ਰਹੀ ਆ ਬਹੁਤ ਬੁਰੀ ਹਾਲਤ ਦੇ ਨਾਲ। ਇਹ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਜੇ ਚੰਡੀਗੜ੍ਹ ਬੈਨ ਲੱਗਾ ਵਾ ਤਾਂ ਇੱਧਰ ਵੀ ਇੱਥੇ ਵੀ ਬੈਨ ਲੱਗਣਾ ਚਾਹੀਦਾ ਵਾ, ਕੋਈ ਬੱਚੇ ਦੀ ਮੌਤ ਹੋ ਸਕਦੀ। ਖਿੱਚ ਕੇ ਬੜੇ ਜ਼ੋਰ ਦੇ ਨਾਲ, ਜ਼ਬਰਦਸਤ ਬੜੇ ਜ਼ੋਰ ਨਾਲ ਛੁਡਵਾਇਆ ਬੱਚੇ ਨੂੰ। 2 ਦਿਨ ਹਸਪਤਾਲ ਲੱਗੇ ਆ, ਪੈਸੇ ਦੀ ਮਜਬੂਰੀ ਕਰਕੇ